ਬਿਆਨ ਹੁਣਾ ਮੁੱਖ ਮੰਤਰੀ ਸਾਹਿਬ ਦਾ ਕਿ ਪਹਿਲਾਂ ਤਾਂ ਵਜਾ ਪਾਲਦੇ ਸੀ ਹੁਣ ਤਾਂ ਜਗਾ ਪਾਲਦੇ ਆ ਧਰਨੇ ਇੰਨੇ ਆਮ ਹੋ ਗਏ ਬਿਨਾ ਗੱਲਾਂ ਤੋਂ ਲਾਈ ਜਾਂਦੇ ਹੋ ਜੀ ਸਤਾ ਚਾਉਣ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ਮੇਰੇ ਰਾਜਕਾਲ ਦੌਰਾਨ ਕੋਈ ਧਰਨਾ ਨਹੀਂ ਲੱਗੂਗਾ ਇਹ ਫਰਮਾਨ ਸੀ ਕਿ ਬੇਨਤੀ ਸੀ ਇਹ ਤੁਹਾਡਾ ਹੁਕਮ ਸੀ ਕਿ ਇਹਨੂੰ ਤੁਹਾਡੀ ਬੇਨਤੀ ਮੰਨੀਏ ਹੁਣ ਤਾਂ ਇਹ ਲੱਗੇ ਜਾਂਦਾ ਵੀ ਇਹ ਤੁਹਾਡਾ ਹੁਕਮ ਸੀ ਛੋਟੀ ਪਾਰਟੀ ਜਿਹੜੀ ਗੱਲ ਤੇ ਪੈਦਾ ਹੋਈ ਹੈ ਤੁਸੀਂ ਕਿਸ ਅੰਦੋਲਨ ਚ ਪੈਦਾ ਹੋਏ ਹੋ ਨਾ ਜਿਹੜੀ ਵਜ੍ਹਾ ਸੀ ਉਹ ਸੀ ਜਗਾ ਤਾਂ ਤੁਸੀਂ ਪੜੀ ਸੀ ਜਗਾ ਜੰਤਰ ਮੰਤਰ ਅੰਨਾ ਹਜ਼ਾਰੇ ਦੀ ਮੂਵਮੈਂਟ ਚ ਤੁਸੀਂ ਪੈਦਾ ਹੋਏ ਹੋ ਜੀ 13 ਮਹੀਨੇ ਕਿਸਾਨ ਦਿੱਲੀ ਦੇ ਮੋਰਚੇ ਤੇ ਤਾਂ ਬੇਵਜ੍ਹਾ ਬੈਠੇ ਰਹੇ ਤੈਨੂੰ ਇੱਕ ਦਿਨ ਦਾ ਧਰਨਾ ਲੜਕੀ ਜਾਂਦਾ ਹੈ ਉਦੋਂ ਤਾਂ ਤੈਨੂੰ ਕੁਰਸੀ ਨਹੀਂ ਸੀ ਮਿਲੀ ਹੋਈ ਉਹ ਤਾਂ ਤੇ ਗੁਣਗਾਨ ਗਾਉਂਦਾ ਹੁੰਦਾ ਸੀ ਉਹ ਮੋਰਚੇ ਤੇ ਹੁਣ ਤਾਂ 13 ਘੰਟਿਆਂ ਦਾ ਲੱਗ ਕੇ ਜੇ ਤੈਨੂੰ ਬੇਵਜ੍ਹਾ ਲੱਗਦਾ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਮੁਤਾਬਕ ਕਿਸਾਨਾਂ ਦੀਆਂ ਜ਼ਮੀਨਾਂ ਨੇ ਤੁਹਾਨੂੰ ਚਾਹੀਦੀਆਂ ਤਾਂ ਕੀਮਤ ਤਾਂ ਫਿਰ ਉਹਨਾਂ ਦੀ ਮਰਜ਼ੀ ਦੀ ਦੇਣੀ ਪਊਗੀ ਜੇ ਉਹਨਾਂ ਤੇ ਤੁਸੀਂ ਆਪਣੀ ਮਰਜ਼ੀ ਥੋਪ ਦਿਓ ਤਾਂ ਕਿਸਾਨਾਂ ਨੇ ਉੱਥੇ ਜਾ ਕੇ ਧਰਨੇ ਲਾਤੇ ਇਹ ਬੇਵਜਾ ਧਰਨੇ ਹੋਗੇ ਜੇ ਤੁਸੀਂ ਕਹੇ ਵੀ ਜੰਤਰ ਮੰਤਰ ਦੇ ਵਿੱਚ ਕੁੜੀਆਂ ਬਿਨਾਂ ਵਜਾ ਬੈਠੀਆਂ ਨੇ ਉਹਨਾਂ ਦੀ ਕੋਈ ਵਜ੍ਹਾ ਨਹੀਂ ਉਹਨਾਂ ਨਾਲ ਅਤਿਆachar ਕਰਨ ਵਾਲਾ ਮੌਜ ਨਾਲ ਫਰਾਟੇ ਦੇ ਬਿਆਨ ਦੇ ਜਾਂਦਾ ਵੀਡੀਓ ਪਾਈ ਜਾਂਦਾ ਤੇ ਉਹਨੂੰ ਕੋਈ ਦੇਖ ਨਹੀਂ ਝਾਕਦਾ ਨਹੀਂ ਜੱਟ ਤੁਸੀਂ ਉਹੀ ਦੇਖਿਆ ਬਟ ਤੇ ਫਿਰਦਾ ਕਦੇ ਕੁਰਸੀ ਤੇ ਬੈਠਾ ਜੱਟ ਨਹੀਂ ਦੇਖਿਆ ਹੁਣ ਤੁਸੀਂ ਉਸ ਰੂਪ ਚ ਆਉਂਦੇ ਜਾਂਦੇ ਹੁਣ ਤੁਸੀਂ ਦੱਸਣਾ ਚਾਹੁੰਦੇ ਲੋਕਾਂ ਨੂੰ ਵੀ ਮੈਂ ਜੱਟ ਹੁਣਾ ਪਰ ਤੋਂ ਨਾਲ ਇੱਕ ਗੱਲ ਸੁਣ ਲੈ ਮਿੱਤਰਾਂ ਜਿਹੜੇ ਲੋਕ ਚਾਹ ਬਣਾਉਣਾ ਜਾਣਦੇ ਨੇ ਨਾ ਉਟਾਉਣਾ ਵੀ ਜਾਣਦੇ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਪੰਜਾਬ ਚ ਕਈ ਮੁੱਦੇ ਚੱਲ ਰਹੇ ਆ ਤੇ ਇਹਨਾਂ ਮੁੱਦਿਆਂ ਦੇ ਵਿਚਾਰ ਇੱਕ ਬਿਆਨ ਮੁੱਖ ਮੰਤਰੀ ਸਾਹਿਬ ਦਾ ਇਸ ਗੱਲ ਨੂੰ ਲੈ ਕੇ ਕਿ ਪਹਿਲਾਂ ਤਾਂ ਵਜਾ ਦੇਖਦੇ ਸੀ ਤਰਨੇ ਲਾਉਣ ਦੀ ਹੁਣ ਤਾਂ ਜਗਾ ਦੇਖਦੇ ਆ ਇਹਦੇ ਮਾਇਨੇ ਕੀ ਆ ਗੱਲ ਕਿਹੜੇ ਪਾਸੇ ਜਾਂਦੀ ਆ ਦਿੱਲੀ ਦੇ ਪਹਿਲਵਾਨਾਂ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੱਕ ਤਿੰਨ ਚਾਰ ਅਹਿਮ ਮੁੱਦੇ ਆ ਜਿਹੜੇ ਆਪਾਂ ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾਂ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਧੰਨਵਾਦ ਜੀ ਸਮਾਂ ਦੇਣ ਦੇ ਧੰਨਵਾਦ ਜੀ ਪਹਿਲੀ ਗੱਲ ਤੇ ਬਿਆਨ ਆਉਣਾ ਮੁੱਖ ਮੰਤਰੀ ਸਾਹਿਬ ਦਾ ਕਿ ਪਹਿਲਾਂ ਤਾਂ ਵਜਾ ਪਾਲਦੇ ਸੀ ਹੁਣ ਤਾਂ ਜਗਾ ਪਾਲਦੇ ਆ ਤਾਰਨੇ ਇੰਨੇ ਆਮ ਹੋ ਗਏ ਬਿਨਾਂ ਗੱਲਾਂ ਤੋਂ ਹੀ ਲਈ ਜਾਂਦੇ ਹਾਂ ਜੀ ਮਾਨ ਸਾਹਿਬ ਦਾ ਇਹ ਬਿਆਨ ਬੈਸੇ ਦਾ ਹੱਸ ਹੋਈਣਾ ਜੇ ਕਿਸਾਨਾਂ ਦੇ ਪੁੱਤ ਕਹਿੰਦੇ ਨੇ ਵੀ ਮੈਂ ਤਾਂ ਇੰਜਣ ਮੂਰੇ ਬੰਜਾ ਢਾਕੇ ਪੈਂਦਾ ਰਹਾ ਉਹਨੂੰ ਕਿਸਾਨਾਂ ਦੀ ਹਕੀਕਤ ਦਾ ਪਤਾ ਹੈ ਤਾਂ ਮਾਨ ਸਾਹਿਬ ਨੂੰ ਵੀ ਪਤਾ ਹੋਣਾ ਵੀ ਜਦੋਂ ਗੜੇ ਮਾਰ ਦਿੰਦੇ ਨੇ ਕਿਸੇ ਦੀ ਫਸਲ ਸਾਰੀ ਉਹਦੇ ਘਰ ਦੀ ਹਾਲਤ ਕੀ ਹੁੰਦੀ ਹੈ ਕਿਸਾਨੀ ਦੀ ਹਾਲਤ ਕੀ ਹੁੰਦੀ ਹੈ ਕੀ ਜੇਰੇ ਮਾਮਜੇ ਵਾਸਤੇ ਲੋਕਾਂ ਨੇ ਧਰਨੇ ਲਾਤੇ ਇਹ ਬੇਵਜਹ ਨੇ ਜੇ ਕਿਸੇ ਦਾ ਨਰਮਾ ਸੂੰਡੀ ਖਾ ਗਈ ਸਾਰੇ ਦੀ ਸਾਰੀ ਤੇ ਇੱਕ ਵੀ ਨਰਮਾ ਨਹੀਂ ਖੜਿਆ ਇੱਕ ਟਿੰਡਾ ਵੀ ਨਹੀਂ ਖੜਿਆ ਉਹਦੇ ਤੇ ਸੰਘਰਸ਼ ਕਰਕੇ ਮਾਮਜੇ ਦਾ ਐਲਾਨ ਕਰਵਾ ਲਿਆ ਜੇ ਉਹਨਾਂ ਨੂੰ ਪੇਮੈਂਟ ਨਹੀਂ ਹੋਈ ਕਿਸਾਨਾਂ ਨੂੰ ਤਾਂ ਮਾਨ ਸਾਹਿਬ ਇਹ ਫਿਰ ਬੇਵਜਹ ਜੇ ਉਹਦੀ ਖਾਤਰ ਧਰਨਾ ਲੱਗਦਾ ਕੋਈ ਕਿੰਨੀਆਂ ਗੱਲਾਂ ਨੇ ਸੁੱਡੀਆਂ ਕਿਣੀਆਂ ਹੋਈਆਂ ਤੁਸੀਂ ਐਲਾਨ ਕੀਤਾ ਹੋਇਆ ਦੀ ਜਿਹੜੇ ਲੋਕ ਮੂੰਗੀ ਵਿਝਣਗੇ ਉਹਨਾਂ ਦਾ ਜੇ ਐਮਐਸਪੀ ਤੋਂ ਘੱਟ ਰੇਟ ਤੇ ਮੂੰਗੀ ਵਿਕੂਗੀ ਤਾਂ ਉਹਦੀ ਪੇਮੈਂਟ ਸਰਕਾਰ ਕਰੂਗੀ ਕੀ ਤੁਸੀਂ ਉਹ ਪੇਮੈਂਟ ਕਰਤੀ ਜੇ ਉਹ ਕਰਤੀ ਤਾਂ ਉਹਦੇ ਤੇ ਲੋਕ ਬੋਲਦੇ ਨੇ ਤੁਸੀਂ ਜਾ ਕੇ ਕਿਸਾਨਾਂ ਨੂੰ ਪੁੱਛੋ ਕੀ ਇਹ ਉਹਨਾਂ ਤੇ ਬੋਲਣਾ ਬੇਵਜਹ ਹੈ ਕਿਹੜੀਆਂ ਗੱਲਾਂ ਨੇ ਸੋਡੀਆਂ ਮੰਨੀਆਂ ਹੋਈਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਇਹ ਹੈਰਾਨ ਕਰਦੀਆਂ ਨੇ ਕਿ ਗੜੇ ਪੈਣ ਤੋਂ 24 ਘੰਟੇ ਦੇ ਵਿੱਚ ਅਸੀਂ ਪੇਮੈਂਟ ਕਰ ਦਾਂਗੇ ਬਿਨਾਂ ਗਰਦੋਰੀ। ਸੁਟੀਆਂ ਹਾਸਲਣੀਆਂ ਗੱਲਾਂ ਇਹ ਨਹੀਂ ਵੀ ਬਿਨਾਂ ਗਰਦੋਰੀ ਤਾਂ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਕਿੰਨੇ ਏਕੜ ਜਮੀਨ ਦਾ ਨੁਕਸਾਨ ਹੋ ਗਿਆ। ਤੁਸੀਂ ਬੇਵਜਾ ਤਾਂ ਤੁਸੀਂ ਗੱਲਾਂ ਕਰਦੇ ਹੋ। ਸਾਡੀ ਗੱਲ 'ਚ ਨਾਮ ਹੁੰਦਾ। ਅੱਜ ਤੱਕ ਪੰਜਾਬ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਕਿਸੇ ਈਸ਼ੂ ਤੇ ਲੜੀਆਂ ਨੇ ਬਿਨਾਂ ਵਜਾ ਤੋਂ ਕੋਈ ਲੋਕ ਬੇਲੇ ਨਹੀਂ। ਤੁਸੀਂ ਬਿਨਾਂ ਜਗ੍ਹਾ ਤੋਂ ਬਿਨਾਂ ਵਜਾ ਤੋਂ ਲੋਕਾਂ ਨੂੰ ਇਕੱਠੇ ਕਰਕੇ ਦਿਖਾਓ ਤਾਂ ਸਹੀ ਪਹਿਲਾਂ ਮੈਨੂੰ ਇਹ ਦੱਸੋ ਸੋਡੀ ਪਾਰਟੀ ਜਿਹੜੀ ਗੱਲ ਤੇ ਪੈਦਾ ਹੋਈ ਆ ਤੁਸੀਂ ਕਿਸੇ ਅੰਦੋਲਨ ਚ ਪੈਦਾ ਹੋਏ ਹੋ ਨਾ ਕਿਹੜੀ ਵਜ੍ਹਾ ਸੀ ਉਹ ਸੀ ਜਗਾ ਤਾਂ ਤੁਸੀਂ ਭਾੜੀ ਸੀ ਜਗਾ ਜੰਤਰ ਮੰਤਰ ਅੰਨਾ ਹਜ਼ਾਰੇ ਦੀ ਮੂਵਮੈਂਟ ਚ ਤੁਸੀਂ ਪੈਦਾ ਹੋਏ ਹੋ ਲੋਕਪਾਲ ਬਿਲਵਸਤੀ ਪੈਦਾ ਹੋਏ ਹੋ ਲੋਕਪਾਲ ਬਿਲ ਦਾ ਸਾਡੇ ਚੁੰਦੇ ਨਾਲ ਕਿਸ ਬੰਦਾ ਪਣਾ ਬਈ ਦੱਸਿਓ ਮੜ ਜਾ ਉਹ ਸੀ ਜਗਾ ਕਿਸਾਨਾਂ ਦਾ ਧਰਨਾ ਬਿਨਾਂ ਵਜ੍ਹਾ ਤੋਂ ਅੱਜ ਤੱਕ ਕਦੇ ਲੱਗਿਆ ਨਹੀਂ ਜੇ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਕੱਢਿਆ ਭਾਰਤ ਮਾਲਾ ਪ੍ਰੋਜੈਕਟ ਦੇ ਮੁਤਾਬਕ ਕਿਸਾਨਾਂ ਦੀਆਂ ਜ਼ਮੀਨਾਂ ਨੇ ਤੁਹਾਨੂੰ ਚਾਹੀਦੀਆਂ ਨੇ ਤਾਂ ਕੀਮਤ ਤਾਂ ਫਿਰ ਉਹਨਾਂ ਦੀ ਮਰਜ਼ੀ ਦੀ ਦੇਣੀ ਪਊਗੀ ਜੇ ਉਹਨਾਂ ਤੇ ਤੁਸੀਂ ਆਪਣੀ ਮਰਜ਼ੀ ਥੋਪ ਦਿਓ ਤਾਂ ਕਿਸਾਨਾਂ ਨੇ ਉੱਥੇ ਜਾ ਕੇ ਧਰਨੇ ਲਾਤੇ ਇਹ ਬੇਵਜ੍ਹਾ ਧਰਨੇ ਹੋਗੇ ਤੁਹਾਡੇ ਤੋਂ ਬਿਨਾ ਕਿੰਨਿਆਂ ਨੂੰ ਕਨੇ ਆ ਦੀਏ ਤੁਸੀਂ ਸੋਡੇ ਬਰਡੋਜਰ ਲੈ ਕੇ ਧੱਕੇ ਨਾਲ ਤੁਸੀਂ ਜਾ ਕੇ ਮਕਾਨ ਢਾਹਦੇ ਕਿਸੇ ਦੇ ਠੀਕ ਹੈ ਮੰਨ ਲਈ ਗੱਲ ਵੀ ਉਹ ਸਿਆਮ ਲਾਟਾਂ ਚ ਪਏ ਹੋਣਗੇ ਮਕਾਨ ਪਰ ਤੁਸੀਂ ਪਹਿਲਾਂ ਉਹਨਾਂ ਨੂੰ ਕਹੋ ਵੀ ਭਾਈ ਸੋਡੇ ਤੁਸੀਂ ਇਹ ਸਮਕਾਨ ਖਾਲੀ ਕਰ ਦਿਓ ਐਨਾ ਟਾਈਮ ਦਿੱਤਾ ਸੋ ਉਹਨੂੰ ਇਹਦੀ ਜਗ੍ਹਾ ਤੇ ਆ ਜਗ੍ਹਾ ਦਿੰਨੇ ਆ ਜਾਂ ਫਿਰ ਸੋਡੇ ਗੈਰ ਜਨੂਨੀ ਇੱਥੇ ਮਕਾਨ ਪਏ ਹੋਏ ਨੇ ਤੁਸੀਂ ਕਿਸ਼ਤਾਂ ਦੇ ਵਿੱਚ ਇੰਨੀ ਪੇਮੈਂਟ ਕਰ ਦਿਓ ਬਰਡੋਜਰ ਲੈ ਕੇ ਢਾਏ ਤੁਸੀਂ ਬੱਚੇ ਬਾਹਰ ਕੱਢ ਤੇ ਸਰਦੀਆਂ ਦੀ ਰੁੱਤ ਚ ਜੇ ਉੱਥੇ ਜਾ ਕੇ ਕਿਸੇ ਨੇ ਧਰਨਾ ਲਾ ਕੇ ਆਵਾਜ਼ ਬੁਲੰਦ ਕਰਤੀ ਇਹ ਬੇ ਬੇਬੀਆਂ ਜਨ ਬੇਵਜਾ ਹੋ ਗਈ। ਸੋਡੀਆਂ ਕਿਹੜੀਆਂ ਦੱਸੋ ਵਜਾ ਵਾਲੀਆਂ ਇੱਕ ਸੋਡੀ ਇੱਕ ਗੱਲ ਘੜਿਆ ਦੋ। ਤੁਸੀਂ ਕਿਸਾਨਾਂ ਦੇ ਧਰਨੇ ਕੁਰਸੀ ਇਹ ਕੁਰਸੀ ਇਹ ਜੀ ਜਮਾਨ ਸਾਹਿਬ ਜਿੱਥੇ ਤੁਸੀਂ ਬੈਠੇ ਹੋ। ਸੋ ਨੂੰ ਇਹ ਪਤਾ ਤੁਸੀਂ ਕੀ ਕਿਹਾ ਸੀ। ਸਤਾ ਜਾਣ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ਮੇਰੇ ਰਾਜਕਾਲ ਦਰਾਨ ਕੋਈ ਧਰਨਾ ਨਹੀਂ ਲੱਗੂਗਾ। ਇਹ ਫਰਮਾਨ ਸੀ ਕਿ ਬੇਨਤੀ ਸੀ। ਇਹ ਤੁਹਾਡਾ ਹੁਕਮ ਸੀ ਕਿ ਇਹਨੂੰ ਤੁਹਾਡੀ ਬੇਨਤੀ ਮੰਨੀਏ ਹੁਣ ਤਾਂ ਇਹ ਲੱਗੇ ਜਾਂਦਾ ਵੀ ਇਹ ਤੁਹਾਡਾ ਹੁਕਮ ਸੀ ਵੀ ਲੱਗਣ ਨਹੀਂ ਦੇਣੇ ਆਹ ਜਿਹੜੀ ਗੱਲ ਤੁਸੀਂ ਕਹੀ ਐ ਵੀ ਹੁਣ ਜਗਾ ਭਾਲਦੇ ਨੇ ਵਜਾ ਨਹੀਂ ਵਜਾ ਵਾਲੇ ਧਰਨਿਆਂ ਨੂੰ ਬੇਵਜਾ ਕਹਿਣਾ ਤੇ ਜਗਾ ਨੂੰ ਤੁਸੀਂ ਨਜਾਇਜ਼ ਠਰਾਉਣਾ ਤੇ ਆਪਣੀ ਗੱਲ ਨੂੰ ਫਰਮਾਨ ਨੂੰ ਤੁਸੀਂ ਉੱਤੇ ਰੱਖਣਾ ਮੈਨੂੰ ਤਾਂ ਲੱਗਦਾ ਵੀ ਤੁਹਾਡੀ ਸਮਝ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਵੱਡਾ ਫਰਕ ਪੈ ਗਿਆ ਅਸੀਂ ਕਹਿੰਦੇ ਹੁੰਦੇ ਸੀ ਜੱਟ ਤੁਸੀਂ ਉਹੀ ਦੇਖਿਆ ਬੱਟ ਤੇ ਫਿਰਦਾ ਕਦੇ ਕੁਰਸੀ ਤੇ ਬੈਠਾ ਜੱਟ ਨਹੀਂ ਦੇਖਿਆ ਹੁਣ ਹੁਣ ਤੁਸੀਂ ਉਸ ਰੂਪ ਚ ਆਉਂਦੇ ਜਾਂਦੇ ਹੋ ਹੁਣ ਤੁਸੀਂ ਦੱਸਣਾ ਚਾਹੁੰਦੇ ਲੋਕਾਂ ਨੂੰ ਵੀ ਮੈਂ ਜੱਟ ਹੋਣਾ ਪਰ ਤੂੰ ਨਾਲ ਇੱਕ ਗੱਲ ਸੁਣ ਲੈ ਮਿੱਤਰਾ ਇੱਕ ਗੱਲ ਸੁਣ ਲੈ ਤੂੰ ਜਦੋਂ ਜਿਹੜੇ ਲੋਕ ਚਾਹ ਬਣਾਉਣਾ ਜਾਣਦੇ ਨੇ ਨਾ ਉਟਾਉਣਾ ਵੀ ਜਾਣਦੇ ਨੇ ਇਹ ਹੱਥ ਇਕੱਲੇ ਆਏ ਨਹੀਂ ਐ ਤੂੰ ਬੇੜੇ ਹੱਥਾਂ ਨੇ ਤੈਨੂੰ ਬਣਾਇਆ ਨਾ ਆਡੀ ਦੁਰ ਉੱਚੇ ਚੜ ਹੈ ਇਹ ਜਦੋਂ ਖਿੱਚਣਗੇ ਨਾ ਟੜਕ ਦੇケ ਡਿੱਜੇਗਾ ਇਹ ਬਹੁਤ ਵੱਡੀ ਸ਼ਕਤੀ ਹੈ ਲੋਕ ਡਰ ਕੇ ਗੱਲ ਕਰਨੀ ਚਾਹੀਦੀ ਹੈ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਇਸ ਕਰਕੇ ਬਿਨਾਂ ਵਜਾ ਸਰ ਨਹੀਂ ਕਿਸੇ ਦਾ ਫਿਰਿਆ ਜੇ ਤੁਸੀਂ ਕਹੇ ਵੀ ਜੰਤਰ ਮੰਤਰ ਦੇ ਵਿੱਚ ਕੁੜੀਆਂ ਬਿਨਾਂ ਵਜਾ ਬੈਠੀਆਂ ਨੇ ਉਹਨਾਂ ਦੀ ਕੋਈ ਵਜ੍ਹਾ ਨਹੀਂ ਉਹਨਾਂ ਨਾਲ ਅਤਿਆਚਾਰ ਕਰਨ ਵਾਲਾ ਮੌਜ ਨਾਲ ਫਰਾਟੇ ਦੇ ਬਿਆਨ ਦੇ ਜਾਂਦਾ ਵੀਡੀਓ ਪਾਈ ਜਾਂਦਾ ਤੇ ਉਹਨੂੰ ਕੋਈ ਨਹੀਂ ਝਾਕਦਾ ਨਹੀਂ ਸਤਕਮੰਦ ਆ ਪਰਚਾ ਹੋ ਜੇ ਸਾਨੂੰ ਫੜ ਕੇ ਅੰਦਰ ਕਰ ਦਿੰਨੇ ਹੋ ਐਸ ਡੀ ਐਮ ਛੇਤੀ ਜਵਾਬਤ ਕਰਨੇ ਹੋ ਨਹੀਂ ਦਿੰਦਾ ਤੇ ਉਧਰ ਕੋਈ ਝਾਕਦਾ ਵੀ ਨਹੀਂ ਇਸ ਕਰਕੇ ਬੇਵਜਾ ਕੋਈ ਨਹੀਂ ਬੈਠਦਾ ਤਾਂ ਫਿਰ ਤੂੰ ਐ ਵੀ ਕਹਿ ਦੇ ਨਾ ਵੀ ਤੇਰਾ ਮਹੀਨੇ ਕਿਸਾਨ ਦਿੱਲੀ ਦੇ ਮੋਰਚੇ 'ਚ ਤਾਂ ਬੇਵਜਾ ਬੈਠੇ ਰਹੇ ਉਹ ਤਾਂ ਤੇਰਾ ਮਹੀਨੇ ਬੈਠਿਆ ਤੈਨੂੰ ਇੱਕ ਰੰਦਾ ਧਰਨਾ ਰੜਕੀ ਜਾਂਦਾ ਓਦੋਂ ਤਾਂ ਤੈਨੂੰ ਕੁਰਸੀ ਨਹੀਂ ਸੀ ਮਿਲੀ ਹੋਈ ਉਹ ਤਾਂ ਤੂੰ ਗੁਣਗਾਨ ਗਾਉਂਦਾ ਹੁੰਦਾ ਸੀ ਉਹ ਮੋਰਚੇ ਦੇ ਤੇ ਹੁਣ ਧਰਨੇ ਤੈਨੂੰ ਉਹ ਤਾਂ 13 ਦਿਨ ਲੱਗੇ 13 ਮਹੀਨੇ ਲੱਗੇ ਸੀ ਨਾ ਹੁਣ ਤਾਂ 13 ਘੰਟਿਆਂ ਦਾ ਲੱਗੇ ਜੇ ਤੈਨੂੰ ਵੇਵਾ ਜਾ ਲੱਗਦਾ ਇਸ ਕਰਕੇ ਉਸਮਾਨ ਸਾਹਿਬ ਬੇਨਤੀ ਕਰਾ ਸਾਨੂੰ ਵਿਸ਼ੋਸ ਸਮਝ ਕੇ ਬਿਆਨ ਦੇ ਆ ਦਿੱਲੀ ਧਰਨੇ ਦੀ ਤੁਸੀਂ ਗੱਲ ਕੀਤੀ ਆ ਤੁਸੀਂ ਵੀ ਉੱਥੇ ਜਾ ਕੇ ਆਏ ਹੋ ਪੂਰੀ ਯੂਨੀਅਨ ਦੇ ਨਾਲ ਤੁਸੀਂ ਉੱਥੇ ਗਏ ਸੀ ਕੀ ਸਥਿਤੀ ਆ ਕੋਈ ਉਹੋ ਜੀ ਲਹਿਰ ਬਣਦੀ ਦੱਸਦੀ ਆ ਉਹਨਾਂ ਦੇ ਹੱਕ ਦੇ ਵਿੱਚ ਕਿਉਂਕਿ ਜੇ ਆਪਾਂ ਜਦੋਂ ਸਾਰੇ ਉਦੋਂ ਫੇਸਬੁੱਕ ਤੇ ਵੀ ਥਾਂ ਥਾਂ ਤੇ ਕਹਿਣਿਆ ਵੀ ਦੇਸ਼ ਦਾ ਮਾਣ ਵਧਾਤਾ ਇਹਨਾਂ ਨੇ ਮੈਡਲ ਜਿੱਤਲੇ ਹੋਰ ਲੋਕਾਂ ਨੂੰ ਤਸ਼ਾਹ ਮਿਲੂਗਾ ਹਨਾ ਜਵਾਕ ਜਵਾਕਾਂ ਚ ਤਸ਼ਾਹ ਆਊਗਾ ਪਰ ਉਹੀ ਬੰਦੇ ਫਿਰ ਜਦੋਂ ਧਰਨਿਆਂ ਤੇ ਬੈਠੇ ਹੁੰਦੇ ਆ ਤੇ ਉਦੋਂ ਸਰਕਾਰ ਫਿਰ ਗੱਲ ਵੀ ਨਹੀਂ ਉਹਨਾਂ ਨਾਲ ਕਰਦੀ ਢੰਗ ਦੇ ਨਾਲ ਹਨਾ ਉੱਥੇ ਕੀ ਸਥਿਤੀ ਆ ਦਿੱਲੀ ਵਾਲੇ ਧਰਨੇ ਦੇਖੋ ਨਵਰੀਤ ਇਹ ਤਾਂ 올림픽 ਖਿਡਾਰੀ ਨੇ ਮੈਡਲ ਹੋਲਡਰ ਓਲੰਪਿਕ ਦੇ ਵਿੱਚ ਬੜਾ ਮਾਣ ਸਨਮਾਨ ਪੈਦਾ ਕੀਤਾ ਹੈ ਇਹਨਾਂ ਨੇ ਮਾਣ ਸਨਮਾਨ ਦੇਸ਼ ਵਾਸਤੇ ਖੱਟ ਕੇ ਦਿੱਤਾ ਹੈ ਇਹ ਗੱਲ ਛੋਟੀ ਨਹੀਂ ਉਹਨਾਂ ਨੇ ਅਵਧਾ ਰੁਤਬਾ ਉੱਚਾ ਕਰਿਆ ਇਹ ਗੱਲ ਛੋਟੀ ਨਹੀਂ ਐਡੇ ਰੁਤਬੇ ਤੇ ਪਹੁੰਚਣ ਵਾਲੀ ਕੁੜੀ ਨਾਲ ਜੇ ਕੋਈ ਮੰਮੂਦੀ ਛੇੜਛਾੜ ਕਰਦੇ ਅਕਸਰ ਕੁੜੀਆਂ ਚੁੱਪ ਕਰ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਕੁੜੀਆਂ ਆਪਣੀ ਇੱਜ਼ਤ ਤੋਂ ਡਰਦੀਆਂ ਹੁੰਦੀਆਂ ਨੇ ਛੋਟੀ ਮੋਟੀ ਛੇੜਖਾੜ ਨੂੰ ਉਹ ਬਰਦਾਸ਼ਤ ਕਰ ਜਾਂਦੀਆਂ ਨੇ ਜਿਹੜੀ ਖਤਰਨਾਕ ਵੀ ਹੈ ਇਹਨਾਂ ਨੇ ਜਿਹੜਾ ਕੀਤਾ ਹੈ ਕਿਉਂਕਿ ਇਹਨਾਂ ਦੇ ਸੱਚੇ ਮਨ ਨਾਲ ਜੇਰਾ ਕੀਤਾ ਇਸ ਗੱਲ ਨੂੰ ਲੋਕਾਂ 'ਚ ਦੱਸਿਆ ਇਸ ਗੱਲ ਨੂੰ ਉਤਸ਼ਾਹਤ ਕੀਤਾ ਲੋਕਾਂ ਨੇ ਹੰਗਾਰਾ ਦਿੱਤਾ ਇਹ ਤਾਂ ਇੱਕ ਲੈਂਪਕ ਖਿਡਾਰਨਾ ਨੇ ਨਾ ਜੇ ਲੈਂਪਕ ਖਿਡਾਰਨਾ ਨਾ ਹੁੰਦੀਆਂ ਫਿਰ ਕੀ ਇਥੇ ਕੁੜੀਆਂ ਤੇ ਜਬਰ ਹੋ ਜਾਂਦਾ ਹੁੰਦਾ ਰਹੇ ਲੋਕ ਚੁੱਪ ਹੋਣਗੇ ਨਹੀਂ ਹੁੰਦੇ ਲੋਕ ਉਹਨਾਂ ਨੂੰ ਵੀ ਸਹਾਰਾ ਦੇਣਗੇ ਧੀ ਧੀ ਹੈ ਇਹਨਾਂ ਨੂੰ ਤੇ ਐਸ ਕਿਸਮ ਦਾ ਉਹਨਾਂ ਲੋਕਾਂ ਨੇ ਜਿਹੜੇ ਉਹਨਾਂ ਦੇ ਇਨਚਾਰਜ ਬਣਾਏ ਹੋਏ ਨੇ ਜਿਹੜੇ ਉਹਨਾਂ ਦੇ ਹੈੱਡ ਨੇ ਜਿਹੜੇ ਇੱਕ ਇੱਕ ਗਰੁੱਪ ਦੇ ਵਿੱਚ ਉਹਨਾਂ ਦੇ ਮਾਪੇ ਨੇ ਉਹ ਮਾਪੇ ਆਪ ਦੀ ਧੀ ਨਾਲ ਇਸ ਤਰ੍ਹਾਂ ਦੀ ਕੋਈ ਛੇੜਖਾੜੀ ਨਹੀਂ ਕਰਨ। ਤੇ ਉਹ ਬੰਦਾ ਜਦੋਂ ਉਹਦਾ ਪਿਛੋਕੜ ਹੁਣ ਫਰੋਲਿਆ ਹੈ ਉਹ ਤਾਂ ਬਹੁਤ ਕ੍ਰਿਮੀਨਲ ਬੰਦਾ ਹੈ। 38 ਪਰਚੇ ਦਰਜ ਹੋਇਆ ਹੈ। ਇੱਕ ਕਤਲ ਵੀ ਕੀਤਾ ਮੰਨਿਆ ਉਹਨੇ। ਦੋ ਪਰਚੇ ਆ ਹੋ ਗਏ। ਅਜੇ ਉਹ ਕਹਿ ਰਿਹਾ ਮੈਨੂੰ ਸਬੂਤ ਦਿਓ। ਇਸ ਕਰਕੇ ਬਹੁਤ ਕਨੌਣੀਆ ਇਹਨੂੰ ਸਮਰਥਨ ਦਾ ਜਿੱਥੋਂ ਤੱਕ ਸਵਾਲ ਹੈ। ਮੈਨੂੰ ਨਹੀਂ ਲੱਗਦਾ ਵੀ ਬੀਜੇਪੀ ਤੋਂ ਬਿਨਾ ਹਿੰਦੁਸਤਾਨ ਦੇ ਵਿੱਚ ਕੋਈ ਅਜਾ ਹਿੱਸਾ ਹੋਊਗਾ ਜਿਹਨੇ ਇਹਨੂੰ ਸਮਰਥਨ ਨਾਲ ਤੌਰ ਤੇ ਨਹੀਂ ਦਿੱਤਾ ਇੱਕ ਤਾਂ ਫਿਜ਼ੀਕਲੀ ਸਮਰਥਨ ਹੁੰਦਾ ਇੱਕ ਹੁੰਦਾ ਐ ਅਖਬਾਰੀ ਬਿਆਨ ਅਖਬਾਰੀ ਬਿਆਨਾਂ ਤੱਕ ਤਾਂ ਜਾਂ ਜਾ ਕੇ ਦੋ ਚਾਰ ਬੰਦਿਆਂ ਨੇ ਹਾਜ਼ਰੀ ਲਵਾਉਣਾ ਇਸ ਰੂਪ ਤੇ ਵਿੱਚ ਤਾਂ ਬਹੁਤ ਗਏ ਅਸੀਂ ਅਖਬਾਰੀ ਬਿਆਨ ਤੱਕ ਸੀਮਤ ਨਹੀਂ ਰਹਿੰਦੇ ਸਾਡੀ ਆਰਗੇਨਾਈਜੇਸ਼ਨ ਅਸੀਂ ਕੱਲ ਵੀ ਪ੍ਰੋਗਰਾਮ ਕੀਤਾ 7 ਤਰੀਕ ਨੂੰ ਔਰਤਾਂ ਦਾ ਕਾਫਲਾ ਲੈ ਕੇ ਗਏ ਨਾਕੇ ਤੋੜ ਕੇ ਅਸੀਂ ਜਾ ਕੇ ਆਏ ਹਾਜ਼ਰੀ ਲਵਾ ਕੇ ਆਏ ਬੈਕਅਪ ਕਰਕੇ ਆਇਆ ਤੇ ਕੱਲ ਨੂੰ ਵੀ ਸਾਡਾ ਅੱਜ ਵੀ ਚੱਲ ਰਹੇ ਨੇ ਅੱਜ ਬਟਿੰਡੇ ਚ ਹੈ ਕਈ ਜ਼ਿਲ੍ਹਿਆਂ ਚ ਹੋ ਰਿਹਾ ਤੇ ਕੱਲ ਨੂੰ ਵੀ ਹੈ ਸਾਡਾ ਹਰਿਆਣੇ ਦੇ ਵਿੱਚ ਪ੍ਰੋਗਰਾਮ ਹੈਗਾ ਅਸੀਂ ਲਗਾਤਾਰ ਇਹ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ 14 ਤਰੀਕ ਨੂੰ ਮੈਂ ਫਿਰ ਉੱਤੇ ਜਾ ਕੇ ਆਉਣਾ ਉਹਨਾਂ ਕੋਲ ਮਿਲ ਕੇ ਆਵਾਂਗੇ ਕਹਿ ਕੇ ਆਵਾਂਗੇ ਜਨਨੀ ਅਸੀਂ ਇਹ ਸਮਝਦੇ ਹਾਂ ਵੀ ਜਿੰਨਾ ਸਮਰਥਨ ਉਹਨਾਂ ਨੂੰ ਕਿਉਂਕਿ ਉਹ ਨਵੇਂ ਨੇ ਅਗਵਾਈ ਤੇ ਉਹਨਾਂ ਦੀ ਕਰਨੀ ਹੈ ਫੈਸਲਾ ਕਿੱਥੇ ਕਰਨਾ ਹੈ ਉਹਨਾਂ ਨੇ ਦੇਖਣਾ ਸਰਕਾਰ ਨਾਲ ਕਿਤੇ ਨਵੇੜਨੀ ਹੈ ਇਹ ਉਹਨਾਂ ਦੇ ਆਪਣੇ ਅਖਤਿਆਰ ਖੇਤਰ ਦੀ ਗੱਲ ਹੈ ਅਸੀਂ ਉਹਨਾਂ ਦੀ ਸਪੋਰਟ ਤੇ ਜਿੰਨੀ ਵੱਧ ਤੋਂ ਵੱਧ ਉਹਨਾਂ ਦੀ ਸਪੋਰਟ ਤੇ ਜਾਇਆ ਜਾਊਗਾ ਅਸੀਂ ਜਾਵਾਂਗੇ ਤੇ ਇਸ ਕੈਂਪ ਦੇ ਵਿੱਚ ਵੀ ਅਸੀਂ ਇਹ ਗੱਲ ਰੱਖਾਂਗੇ ਵੀ ਆਪਾਂ ਨੂੰ ਹੋਰ ਕਿਸੇ ਵੱਡੀ ਪੱਧਰ ਤੇ ਇੱਕ ਪ੍ਰੋਗਰਾਮ ਦੇਣਾ ਚਾਹੀਦਾ ਹੈ ਵੱਧ ਗਿਣਤੀ ਦਿੱਲੀ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਸਰਕਾਰ ਤੇ ਇਹਦਾ ਅਸਰ ਪਾਉਣਾ ਚਾਹੀਦਾ ਹੈ ਆਉਂਦੇ ਸਮੇਂ 'ਚ ਅਸੀਂ ਇਹ ਦੇਖਾਂਗੇ ਉਹ ਕੀ ਬਣਦਾ ਹੈ ਤੁਸੀਂ ਮੈਨੂੰ ਲੱਗਦਾ ਪੰਜਾਬ ਦੀ ਇੱਕੋ ਇੱਕ ਯੂਨੀਅਨ ਹੋਵਗੇ ਜਿਨੇ ਪਾਣੀ ਦੀ ਸੰਭਾਲ ਨੂੰ ਲੈ ਕੇ ਵੀ ਪਾਣੀ ਦੀ ਵਰਤੋਂ ਨੂੰ ਲੈ ਕੇ ਵੀ ਸਮੇਂ-ਸਮੇਂ ਤੇ ਲੋਕਾਂ ਚ ਗੱਲ ਕੀਤੀ ਆ ਇਹ ਹੁਣ ਕੀ ਹੋਇਆ ਵੀ ਕਣਕ ਆਪਾਂ ਵੱਢ ਲਈ ਆ ਸਾਰਿਆਂ ਨੇ ਤੂੜੀ ਬਣਾ ਲਈ ਉਹ ਕਈ ਨਾ ਬਾਣਾ ਠੰਡੇ ਕਰਨ ਦੇ ਚੱਕਰ 'ਚ ਜਿਹੜੇ ਇੱਕ ਤਾਂ ਲੋਕ ਪਏ ਵੇ ਆ ਤੇ ਉਹ ਜਦੋਂ ਫਿਰ ਅੱਗ ਜੀ ਲਾਉਂਦੇ ਆ ਤੇ ਉਹ ਕਈ ਵਾਰੀ ਨਾ ਦਰਖਤ ਦੇ ਨੇੜੇ-ਪਾਸੇ ਦਾ ਨਾ ਕੋਈ ਜੀਵ ਜੰਤੂ ਇੱਕ ਬੱਚਾ ਤੱਕ ਜਿਹੜਾ ਮੁਕਸਰ ਦੇ ਵਿੱਚ ਆਪਣੇ ਕੋਲੇ ਖਬਰ ਆਈ ਹੈ ਵੀ ਇੱਕ ਝੁੱਗੀ ਝੌਂਪੜੀ ਚ ਬੱਚਾ ਰਹਿੰਦਾ ਸੀ ਜਵਾਕ ਉਹ ਅੱਗ ਲਾ ਕੇ ਖਿਆਲ ਵੀ ਨਹੀਂ ਕਰਿਆ ਤੇ ਉਹ ਬੱਚਾ ਵੀ ਸੜ ਗਿਆ ਦੇਖੋ ਨਵਰੀਤ ਜਿਹੜੀ ਕਣਕ ਦੀ ਨਾੜ ਹੈ ਨਾ ਇਸ ਵਾਰ ਕਣਕਾਂ ਵਾਰਸ਼ ਕਰਕੇ ਡਿੱਗੀਆਂ ਬਹੁਤ ਨੇ ਤੇ ਕਮੈਨਾਂ ਨੇ ਪਹਿਲੇ ਹੀ ਵਾਰ ਉਹਨਾਂ ਨੂੰ ਥੱਲੇੋਂ ਬਹੁਤ ਥੱਲੇੋਂ ਵੱਡੇ ਨੀਵਾ ਵੱਡੇ ਇਸ ਵਾਰ ਮੈਨੂੰ ਲੱਗਦਾ ਵੀ ਨਾੜ ਨੂੰ ਅੱਗ ਲਾਉਣ ਵਾਲੀ ਕੋਈ ਗੱਲ ਹੈ ਨਹੀਂ ਜੀ ਐਡੀ ਕੋ ਗੱਲਾਂ ਦੂਜੀ ਗੱਲ ਬਰਸਾਤ ਤਾਂ ਪਿੱਛੇ ਹੁੰਦੀ ਰਹੀ ਹੈ ਜਿੰਨੀਆਂ ਜ਼ਮੀਨਾਂ ਨੇ ਹੁਣ ਬਿਨਾ ਬਿਨਾ ਪਾਣੀ ਛੱਡਿਆਂ ਬਾਈਆਂ ਜਾ ਸਕਦੀਆਂ। ਜ਼ਮੀਨ ਦਾ ਜਿਹੜਾ ਵਿਗਿਆਨਕ ਤੌਰ ਤੇ ਇਹ ਹੁਣ ਪਾਣੀ ਲਾਉਣੇ ਅਸੀਂ ਜਿਵੇਂ ਠੰਡੀ ਕਰਦੇ ਹਾਂ ਜ਼ਮੀਨ ਨੂੰ ਇਹਦਾ ਉਤਪਾਦਨ ਤੇ ਫਰਕ ਪੈਂਦਾ ਹੈ ਜਿਹੜੀ ਖੇਤੀਬਾੜੀ ਮਹਾਰ ਜ਼ਾਹਦੇ ਆ। ਵੀ ਜਿੰਨੀ ਤੁਸੀਂ ਸੁੱਕੀ ਜ਼ਮੀਨ ਬਣਾਓਗੇ ਉਹਨੂੰ ਤਪ ਲਾਓਗੇ ਉਹ ਜ਼ਿਆਦਾ ਫਾਇਦੇਮੰਦ ਹੈ। ਇਸ ਕਰਕੇ ਕਿਸਾਨਾਂ ਨੂੰ ਤਾਂ ਅਸੀਂ ਬੇਨਤੀ ਕਰਦੇ ਵੀ ਭਾਈ ਪਾਣੀ ਬਚਾਉਣ ਦੀ ਖਾਤਰ ਜਿੱਥੇ ਅਸੀਂ ਸਰਕਾਰਾਂ ਨੂੰ ਦੋ ਸ਼ਿਟਰਾਉਂਦੇ ਠੀਕ ਹੈ ਸਰਕਾਰ ਦੀਆਂ ਪਹੁੰਚੀਆਂ ਕਰਕੇ ਪਾਣੀ ਤਾਂ ਲੈ ਗਿਆ। ਪਰ ਪਾਣੀ ਪੀਣਾ ਤਾਂ ਅਸੀਂ ਆ। ਅਸੀਂ ਪੰਜਾਬ ਦੇ ਲੋਕਾਂ ਨੇ ਜਵਾਬਦੇ ਹਾਂ। ਵੱਧ ਤੋਂ ਵੱਧ ਘਟ ਤੋਂ ਘੱਟ ਪਾਣੀ ਦੀ ਵਰਤੋਂ ਲੋੜ ਤੇ ਵਰਤੋਂ ਕਰਨ ਦੀ ਗੱਲ ਕੀਤੀ ਜਾਵੇ ਠੀਕ ਹੈ ਮੱਕੀ ਨੂੰ ਸਾਨੂੰ ਪਾਣੀ ਸੁੱਕਦੀ ਹੈ ਮੱਕੀ ਨੂੰ ਪਾਣੀ ਲਾਉਣਾ ਲਾਓ। ਜਿੱਥੇ ਲੋੜਾ ਉੱਥੇ ਲਾਓ। ਬੇਲੋੜਾ ਧਰਤੀ ਜਮੀਨਾਂ ਦੇ ਵਿੱਚ ਪਾਣੀ ਛੱਡਣ ਤੋਂ ਗੁਰੇਜ਼ ਕਰੋ। ਜਿੰਨਾ ਪਾਣੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ ਉਹਨੇ ਸਾਂਭ ਸੰਭਾਲ ਕਰੋ। ਇੱਕ ਸਾਡੇ ਸੀਨੀਅਰ ਪੱਤਰਕਾਰ ਨੇ ਕੱਲ ਉਹਨਾਂ ਦਾ ਇੱਕ ਬਿਆਨ ਜਿਹੜਾ ਉਹਨਾਂ ਨੇ ਵੈਸੇ ਹੀ ਰਿਪੋਰਟ ਚ ਸਹੀ ਜਿਹੀ ਗੱਲ ਕਰੀ ਸੀ ਉਹਨਾਂ ਨੇ ਤਾਂ ਕਹਿੰਦੇ ਜਲੰਧਰ ਨਹੀਂ ਤਾਂ ਕੋਈ ਬਾਈ ਇਲੈਕਸ਼ਨ ਹੁੰਦਾ ਉੱਥੇ ਧਰਨੇ ਬਹੁਤ ਲੱਗਦੇ ਆ ਜੜੀਆਂ ਧਰਾਂ ਲੋਕ ਹਿੱਤ ਚ ਲੜਦੀਆਂ ਲੋਕਾਂ ਲਈ ਸੰਘਰਸ਼ ਕਰਦੀਆਂ ਉਹ ਚਾਹੇ ਮਲਾਜ਼ਮ ਜਥੇਬੰਦੀਆਂ ਹੋਣ ਕਿਸਾਨ ਜਥੇਬੰਦੀਆਂ ਹੋਣ ਕਹਿੰਦੇ ਜਲੰਧਰ ਬੜਾ ਸ਼ਾਂਤ ਰਿਹਾ ਹੁਣ ਇਹ ਤਾਂ ਨਹੀਂ ਸਵਾਲ ਕੀਤਾ ਜਾ ਸਕਦਾ ਵੀ ਉੱਥੇ ਕਿਉਂ ਨਹੀਂ ਲੱਗੇ ਇਹ ਤਾਂ ਚਲੋ ਹਰ ਇੱਕ ਦੀ ਆਪਣੀ ਮਰਜ਼ੀ ਵੀ ਆ ਪਰ ਇਹਦੀ ਕੋਸ਼ਤਾਂ ਵਜ੍ਹਾ ਜਿਹੜੀ ਆ ਉਹ ਰਹੀ ਹੋਊਗੀ ਵੀ ਐਨਾ ਕੀ ਪੰਜਾਬ ਦੇ ਮਸਲੇ ਹੱਲ ਹੋ ਗਏ ਸੀ ਜਾਂ ਲੋਕਾਂ ਨੂੰ ਇਲੈਕਸ਼ਨ ਚੋਂ ਹੀ ਹੋ ਗਿਆ ਕਿ ਇਲੈਕਸ਼ਨ ਚ ਜਾਣ ਨਾਲ ਵੀ ਕੋਈ ਤਰ੍ਹਾਂ ਦਾ ਫਰਕ ਨਹੀਂ ਪੈਣਾ ਦੇਖੋ ਐ ਤਾਂ ਇਹ ਹੈਗਾ ਪਰਚੋਰ ਦਾ ਮਸਲਾ ਵੀ ਇਹ ਕਿਉਂ ਨਹੀਂ ਹੋਇਆ ਜਲੰਧਰ ਦਾ ਇਲਾਕਾ ਜਿਹੜਾ ਮੂਵਮੈਂਟ ਦੇ ਵਿੱਚ ਬੈਸੀ ਇਨਵੋਲਵ ਬਹੁਤ ਘੱਟ ਹੁੰਦਾ ਇੱਕ ਤਾਂ ਇਹ ਆ ਵੀ ਉਹ ਖੇਤਰ ਦੇ ਵਿੱਚ ਪਰ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਇੱਕ ਮੈਨੂੰ ਲੱਗਦਾ ਮੌਸਮ-ਮੌਸਮ ਦਾ ਵੀ ਫਰਕ ਹੈ ਕੋਈ ਕਿ ਸ ਮੌਸਮ ਗਰਮੀ ਦਾ ਹੈ ਕੰਮ ਦਾ ਵੀ ਹੈਗਾ ਵਾ ਤੇ ਕਾਰਨ ਕੀ ਹੈ ਇਹਦੇ ਬਾਰੇ ਸਪਸ਼ਟ ਤਾਂ ਨਹੀਂ ਕਿਹਾ ਜਾ ਸਕਦਾ ਵੀ ਉੱਥੇ ਐ ਨਾ ਘਟ ਕਿਉਂ ਹੋਇਆ ਪਰ ਇਹ ਹੈ ਵੀ ਸਾਡਾ ਇਲਾਕਾ ਭਾਵੇਂ ਹਾੜੀ ਦੀ ਰੁੱਤ ਹੁੰਦੀ ਇੱਥੇ ਚਾਹੇ ਕੱਤੇ ਦੀ ਰੁੱਤ ਹੁੰਦੀ ਉਹ ਜਲੰਧਰ ਦੇ ਇਤੇ ਮਾਲਵੇ ਦੇ ਤੇ ਦੁਆਬੇ ਦੇ ਇਲਾਕੇ ਦੇ ਵਿੱਚ ਫਰਕ ਹੈ ਇਹ ਮੂਮੈਂਟ ਇੱਥੇ ਬਹੁਤ ਤਿੱਖੀ ਉਠਦੀ ਆ ਸਾਡੇ ਕੋਲ ਵੀ ਠੀਕ ਹੈ ਗੱਲ ਇਹ ਤੁਹਾਡੀ ਮੈਂ ਤੇ ਤੁਹਾਡੇ ਤੇ ਮੋਹਰ ਲਾਉਣਾ ਕਿਉਂਕਿ ਜੇਕਰ ਹੁਣ ਜਲੰਧਰ ਦੇ ਵਿੱਚ ਜਿਵੇਂ ਉਹ ਚੱਲਦੀ ਸੀ ਮੂਵਮੈਂਟ ਮੁਲਾਜ਼ਮਾਂ ਜੱਥੇ ਬੰਦੀਆਂ ਬੇਰੁਜ਼ਗਾਰ ਜੱਥੇ ਬੰਦੀਆਂ ਅਕਸਰ ਸਾਤ ਨੂੰ ਸਪੋਰਟ ਲੈਣ ਵਾਸਤੇ ਆਉਂਦੀਆਂ ਸਾਡੇ ਕੋਲ ਵੀ ਕੋਈ ਨਹੀਂ ਬੱਚਾ ਇੱਕ ਆਇਆ ਇਹ ਗੱਲ ਠੀਕ ਹੈ ਨਹੀਂ ਨਹੀਂ ਤਾਂ ਸਾਡੇ ਨੂੰ ਫੋਨ ਹੋ ਜਾਂਦੇ ਨੇ ਜਾਂ ਮਿਲਣ ਆ ਜਾਂਦੇ ਨੇ ਵੀ ਸਾਡੀ ਅਸੀਂ ਉੱਤੇ ਜਲੰਧਰ ਚ ਧਰਨਾ ਚੱਲਦਾ ਸਾਡੀ ਮਦਦ ਕਰੋ ਇਹ ਨਹੀਂ ਆਇਆ ਇਹ ਠੀਕ ਹੀ ਹੋਊਗੀ ਗੱਲ ਕਿਉਂਕਿ ਮੈਨੂੰ ਇਸ ਗੱਲ ਤੁਹਾਡੀ ਗੱਲ ਚੋਂ ਲੱਗਿਆ ਵੀ ਜੇ ਉਹ ਨਹੀਂ ਗਏ ਐਨੀ ਮੂਵਮੈਂਟ ਦੇ ਵਿੱਚ ਘਿਰ ਘਿਰੇ ਜਾਣੀ ਹੋਇਆ ਸਰਕਾਰ ਦਾ ਇਹਨੂੰ ਐ ਨਹੀਂ ਲੈ ਲੈਣਾ ਚਾਹੀਦਾ ਵੀ ਆਪ ਸਰਕਾਰ ਨੇ ਬਹੁਤ ਕੰਮ ਕਰਕੇ ਲੋਕਾਂ ਨੂੰ ਰੋਜ਼ਗਾਰ ਦੇਤੇ ਪਤਾ ਨਹੀਂ ਤਾਂ ਨਹੀਂ ਗਏ ਇਹਦੇ ਕਾਰਨ ਦਾ ਕੋਈ ਹੋਰ ਹੈ ਜੇ ਨਹੀਂ ਪੁਰਤਾਲ ਕਰਨ ਵਾਲੀ ਹੈ ਇਹ ਐ ਜੀ ਮੈਂ ਸੋਚਿਆ ਵੀ ਤਾਂ ਤੁਹਾਨੂੰ ਪਤਾ ਹੋਊ ਕਿਉਂਕਿ ਜਿੱਥੇ ਵੀ ਕੋਈ ਧਰਨਾ ਹੁੰਦਾ ਇੱਕ ਗੱਲ ਤਾਂ ਤੁਹਾਡੇ ਵੱਲੋਂ ਸਟੇਜ ਤੋਂ ਐਲਾਨ ਹੁੰਦੇ ਆ ਵੀ ਭਾਈ ਉੱਥੇ ਚਾਹ ਪਾਣੀ ਦੀ ਸੇਵਾ ਸਾਡੀ ਜਥੇਬੰਦੀ ਨੂੰ ਜਦੋਂ ਮਰਜ਼ੀ ਲਾ ਲਿਆ ਕਰੋ ਜੇ ਉਹ ਵੀ ਘਟਾਇਆ ਤਾਂ ਫਿਰ ਤਾਂ ਵਾਕਈ ਸੋਚਣ ਦਾ ਵੀ ਇੱਕ ਹਾਂ ਸਾਡੇ ਚਾਹ ਪਾਣੀ ਦੀ ਹੰਬੀ ਐਸੀ ਸਮੂਹਲੀਅਤ ਵੀ ਕਰਦੇ ਹੁੰਦੇ ਨੇ ਬਹੁਤ ਛੋਟੀਆਂ ਜਥੇਬੰਦੀਆਂ ਨੇ ਵਿੱਚ ਜਿਹੜੀਆਂ ਜਥੇਬੰਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਉਹ ਜਿਹੜੀਆਂ ਨੇ ਜਿਹੜੀਆਂ ਸਿਰਫ ਇਹ ਕਹਿ ਦਿੰਦੇ ਨੇ ਜੀ ਤੁਸੀਂ ਐ ਨਹੀਂ ਜੀ ਚਾਹ ਪਾਣੀ ਈ ਦਾ ਛੱਡ ਦਿਓ ਜੀ ਤੁਸੀਂ ਸਾਡੇ ਨਾਲ 15 ਕ ਬੰਦੇ ਲੈ ਕੇ ਝੰਡੇ ਲੈ ਕੇ ਸਾਡੀ ਜਥੇਬੰਦੀ ਚਾਓ ਸਾਡੇ ਬੰਦਿਆਂ ਦਾ ਹੌਸਲਾ ਬਲੰਦ ਹੋ ਜਾਊਗਾ ਐਂ ਭਰੋਸਾ ਇੱਕ ਦੂਜੇ ਦਾ ਵੱਜਾ ਹੋਇਆ ਉਹ ਹੋਇਆ ਨੀਤ ਕੀ ਜਲੰਧਰ ਵਾਲੀ ਗੱਲ ਜਿਸ ਕਰਕੇ ਮੈਂ ਨਵੀਂ ਤੇਰੀ ਵਾਲੀ ਗੱਲ ਤੇ ਮੋੜ ਲਾਉਣਾ ਵੀ ਠੀ ਉਹ ਕਿਤੇ ਨਾ ਕਿਤੇ ਮਤਲਬ ਮੈਨੂੰ ਲੱਗਿਆ ਵੀ ਬਹੁਤ ਘੱਟ ਵੀ ਹੋਈਆਂ ਹੋਣਗੀਆਂ ਤੇ ਇਹ ਪਰਚੋਲ ਪਰਚੋਲ ਕਰਨ ਵਾਲੀ ਆ ਵੀ ਕਿੱਥੇ ਕਿੱਥੇ ਫਰਕ ਹੈ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਦਾ ਇਹ ਸਨ ਜੋਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਠੀਕ ਆ ਇਹ ਗੱਲ ਬਿਲਕੁਲ ਕਿਸੇ ਨੂੰ ਇਹ ਗੱਲ ਬੁਰੀ ਲੱਗ ਸਕਦੀ ਆ ਜਾਂ ਉਹਦਾ ਆਪਦਾ ਤਰਕ ਹੋ ਸਕਦਾ ਹੈ ਕਿ ਧਰਨੇ ਪੰਜਾਬ ਦੇ ਵਿੱਚ ਵੱਧ ਜਾਂ ਘੱਟ ਕਿਉਂ ਲੱਗਦੇ ਆ ਪਰ ਯਾਰ ਇਹ ਵੀ ਇੱਕ ਪੱਖ ਹੈ ਕਿ ਜੇ ਅੱਜ ਦੇਸ਼ ਦੇ ਵਿੱਚ ਡੈਮੋਕ੍ਰੇਸੀ ਜ਼ਿੰਦਾ ਹੈ ਤਾਂ ਇਹਨਾਂ ਧਰਨਿਆ ਕਰ ਕੀ ਆ ਭਾਈ ਇਹਨਾਂ ਅੰਦੋਲਨਾਂ ਕਰ ਕੀ ਆ ਜਿਹੜੇ ਸਮੇਂ-ਸਮੇਂ ਤੇ ਉੱਠਦੇ ਆ ਨਹੀਂ ਤਾਂ ਜਿੱਥੇ ਨਹੀਂ ਹੈਗੀ ਡੈਮੋਕ੍ਰੇਸੀ ਉੱਥੇ ਦੇਖੋ ਲੋਕਾਂ ਦੀ ਹਾਲਤ ਇਹ ਤੋਂ ਮਾੜੀ ਹੀ ਹੁੰਦੀ ਆ ਜ਼ਿਆਦਾਤਰ ਥਾਵਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ